बहुत स्वागत है जी सारे विद्यार्थियों का। 10 अगस्त नूं दिन बहुत थोड़े रह गए ने, पर हर विद्यार्थी 10 अगस्त नूं लैके बहुत ज़्यादा सुनना चाहुंदा कि 10 अगस्त नूं होएगा की। हुण सवाल सब तो वड्डा ये है कि 10 अगस्त नूं 5.5 बैंड वाला विद्यार्थी SGS दे विच आ जाएगा या नहीं। आखिरी फैसला 10 अगस्त नूं होना है। ਇਹਦੇ ਨਾਲ ਨਾਲ PT 60 ਦੀ ਗੱਲ ਤਾਂ ਚੱਲ ਰਹੀ ਹੈ, ਪਰ 60 ਤੋਂ ਇਲਾਵਾ ਮਿਨੀਮਮ ਸਕੋਰ ਕਿੰਨਾ ਇਨਕਲੂਡ ਕੀਤਾ ਜਾਏਗਾ, ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਔਰ ਇਹਦੇ ਨਾਲ ਨਾਲ 10 ਅਗਸਤ ਤੋਂ ਬਾਅਦ ਨੌਨ SDS ਦੇ ਵਿੱਚ ਕੌਣ ਬਚੇਗਾ, ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਨੇ। ਇਹ 2-3 ਸਵਾਲ ਨੇ, ਹਾਲਾਂਕਿ ਰਸ਼ ਬਹੁਤ ਹੈ 10 ਅਗਸਤ ਤੋਂ ਪਹਿਲਾਂ ਫਾਈਲਾਂ, ਪਰ 10 ਅਗਸਤ ਤੋਂ ਬਾਅਦ ਵੀ ਫਾਈਲਸ ਲੱਗਣਗੀਆਂ। ਔਰ 10 ਅਗਸਤ ਤੋਂ ਬਾਅਦ ਸਟੂਡੈਂਟ ਕਿਹੜੀਆਂ ਕਿਹੜੀਆਂ ਨਵੀਆਂ ਅਪਡੇਟਸ ਤੋਂ ਬਾਅਦ ਫਾਈਲਸ ਲਾਉਣਗੇ, ਉਹ ਅਸੀਂ ਜ਼ਰੂਰ 10 ਤਰੀਕ ਨੂੰ ਵੀ ਗੱਲ ਕਰਾਂਗੇ। ਪਰ ਅੱਜ ਸਾਰੀ ਕਲੈਰਿਟੀ ਇਹਨਾਂ ਪੁਆਇੰਟਸ ਦੇ ਉੱਤੇ ਅਸੀਂ ਲਵਾਂਗੇ। ਮੈਡਮ ਵੀਨਾ ਗੋਇਲ ਸਾਡੇ ਨਾਲ ਮੌਜੂਦ ਨੇ, ਜਿਹੜੇ ਕਿ ਨੈਵੀਗੇਟਰਸ ਇਮੀਗ੍ਰੇਸ਼ਨ ਸੋਲਿਊਸ਼ਨਸ ਤੋਂ ਸਾਡੇ ਨਾਲ ਮੌਜੂਦ ਨੇ। ਮੈਡਮ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਮ ਤੁਹਾਨੂੰ ਲੱਗਦਾ ਹੈ ਤੁਹਾਡਾ ਆਪਣਾ ਐਕਸਪੀਰੀਅੰਸ ਕੀ ਕਹਿੰਦਾ, ਤੁਹਾਡੇ ਕੋਲ 25-26 ਸਾਲ ਦਾ ਐਕਸਪੀਰੀਅੰਸ ਹੈ, ਕਿ 5.5 SDS 'ਚ ਆਏਗਾ ਜਾਂ ਨਹੀਂ ਆਏਗਾ? ਅਗਰ ਨਹੀਂ ਆਇਆ ਤਾਂ ਫਿਰ ਤਾਂ ਰਿਫਿਊਜ਼ਲ ਰੇਟ ਵਧਣ ਦਾ ਖਤਰਾ। ਬਿਲਕੁਲ ਜੀ, ਕੁਸ਼ਚਨ ਤੁਹਾਡਾ ਬੜਾ ਵਾਜਿਬ ਹੈ। ਹਰ ਸਟੂਡੈਂਟ ਵੇਟ ਕਰ ਰਿਹਾ ਕਿ 1 'ਚ 5.5 ਜਾਂ 2 'ਚ 5.5 SDS 'ਚ ਆਏਗਾ ਜਾਂ ਨਹੀਂ ਆਏਗਾ। ਦੇਖੋ, ਜਦ ਇਹ ਸੁਰਿੰਦਰ ਜੀ ਇੰਟਰੋਡਿਊਸ ਹੋਇਆ ਸੀ ਪ੍ਰੋਗਰਾਮ SDS ਜਿਹਨੂੰ ਹੁਣ ਕਹਿ ਰਹੇ ਹਾਂ, ਪਹਿਲੇ SPP ਪ੍ਰੋਗਰਾਮ ਸੀਗਾ ਮੇਰੇ ਖਿਆਲ, ਅਤੇ ਉਸ ਟਾਈਮ ਓਵਰਆਲ 6 ਬੈਂਡ ਨੋਟ ਲੈਸ ਦੈਨ ਦਾ ਕੋਈ ਚੱਕਰ ਨਹੀਂ ਸੀ। ਈਵਨ 4.5 ਬੈਂਡ 'ਚ ਵੀ ਅਸੀਂ ਵੀਜ਼ੇ ਲਏ ਆ। ਉਹ ਜਦ ਸਟਾਰਟ ਹੋਇਆ ਸੀਗਾ ਪ੍ਰੋਗਰਾਮ, ਫਿਰ ਇਹਨਾਂ ਦੇ ਕੋਲ ਫਾਈਲਾਂ ਵੱਧ ਗਈਆਂ, ਫਿਰ ਇਹਨਾਂ ਨੇ ਸਟ੍ਰੀਮਲਾਈਨ ਕਰਨਾ ਸ਼ੁਰੂ ਕਰਤਾ ਕਿ 6 ਬੈਂਡ ਨੋਟ ਲੈਸ ਦੈਨ 5.5, ਫਿਰ ਉਹਦੇ ਬਾਅਦ ਆਇਆ 6 ਬੈਂਡ ਨੋਟ ਲੈਸ ਦੈਨ 6, ਅਤੇ ਬਹੁਤ ਸਾਲ ਹੋ ਗਏ ਚੱਲਦੇ ਔਰ ਇਹਨਾਂ ਦੇ ਕੋਲ ਨੈਚੁਰਲ ਹੈ, ਰਸ਼ ਵੀ ਬਹੁਤ ਵਧਿਆ। ਹੁਣ ਦੇਖੋ ਰਸ਼ ਇਹਨਾਂ ਦੇ ਕੋਲ ਫਿਰ ਵਧੇਗਾ, ਖਾਲੀ 5.5 ਹੀ ਨਹੀਂ ਜੀ। ਹੁਣ ਜਿਹੜਾ ਇਹਨਾਂ ਨੇ ਹੋਰ ਲੈਂਗੁਏਜਿਸ ਕਰਤੀਆਂ ਵਿੱਚ ਟੋਫਲ ਕਰਤਾ ਹੈ, PTE ਕਰਤੀ ਹੈ, SLPIP ਕਰਤਾ ਹੈ, ਕਈ ਸਾਰੇ ਟੈਸਟ ਇਨਕਲੂਡ ਕਰਦੇ ਹੈ। ਅਤੇ ਜਿਹੜਾ ਬੱਚਾ ਮੰਨ ਲਓ PTE ਆਸਟ੍ਰੇਲੀਆ ਵਾਸਤੇ ਕਰ ਰਿਹਾ ਸੀਗਾ ਜਾਂ ਨਿਊਜ਼ੀਲੈਂਡ ਵਾਸਤੇ ਕਰ ਰਿਹਾ ਸੀਗਾ, ਕਿਉਂਕਿ PTE ਕਾਫੀ ਸਾਰੀ ਕੰਟਰੀ ਵਿੱਚ ਐਕਸੈਪਟਿਡ ਹੈ ਔਰ ਬੱਚੇ ਨੂੰ ਜਿਹੜੇ ਕੰਪਿਊਟਰ 'ਚ ਅੱਜ ਕੱਲ੍ਹ ਬੱਚੇ ਫਸਟ ਤੋਂ ਹੀ ਜਿਹੜੇ ਸਟਾਰਟ ਕਰ ਦਿੰਦੇ ਉਹਨਾਂ ਨੂੰ ਈਜ਼ੀ ਵੀ ਲੱਗਦਾ ਹੈ, ਅਤੇ ਉਹ ਬੱਚੇ ਵੀ ਜਿਹੜੇ ਆ ਹੁਣ PTE ਵਾਲੇ ਵੀ ਇੱਧਰ ਐਕਸੈਪਟ ਹੋ ਗਏ। ਉਹ ਕਹਿੰਦਾ ਦੂਜੀ ਕੰਟਰੀ 'ਚ ਵੀਜ਼ਾ ਨਹੀਂ ਲੱਗਿਆ, ਇੱਧਰ ਆ ਜਾਓ, ਰਾਈਟ। ਹੁਣ ਜਿਹੜੇ ਟੋਫਲ ਵਾਲੇ ਬੱਚੇ, ਟੋਫਲ ਦਾ ਇੱਕ ਬੜਾ ਪਲੱਸ ਪੁਆਇੰਟ ਹੈ, ਸ਼ਾਇਦ ਤੁਹਾਨੂੰ ਪਤਾ ਹੈ ਜਾਂ ਨਹੀਂ ਪਤਾ, ਟੋਫਲ ਦਾ ਬੱਚੇ ਨੇ ਇੱਕ ਵਾਰੀ ਟੈਸਟ ਦੇ ਲਿਆ ਜੀ, ਉਹਦੇ ਬਾਅਦ ਸਮਝੋ ਉਹਦਾ ਰਿਕੁਆਇਰਡ ਸਕੋਰ ਨਹੀਂ ਆਇਆ, ਉਹ ਦੂਜੀ ਵਾਰੀ ਦਿੰਦਾ, ਤਾਂ ਦੋਨਾਂ ਦਾ ਬੈਸਟ ਸਕੋਰ ਚੱਕ ਕੇ ਉਹ ਕੰਬਾਈਂਡ ਸਕੋਰ ਬਣਾਉਂਦੇ ਆ ਜੀ। ਅਤੇ ਇਹ ਬੱਚੇ ਦੇ ਵਾਸਤੇ ਇੱਕ ਬੜਾ ਪਲੱਸ ਪੁਆਇੰਟ ਆ, ਉਹ ਵੀ ਬੱਚਾ ਜਿਹੜਾ ਹੈ ਸਟੂਡੈਂਟ ਉਹ ਕੈਨੇਡਾ ਵਾਸਤੇ ਵਧੇਗਾ, ਤਾਂ ਫਾਈਲਾਂ ਬਹੁਤ ਜ਼ਿਆਦਾ ਵਧਣੀਆਂ। ਜਦ ਫਾਈਲਾਂ ਵਧਣੀਆਂ ਤਾਂ ਨੈਚੁਰਲ ਛੱਟਣੀ ਵੀ ਹੋਣੀ ਆ, ਕਿਉਂਕਿ ਜਦ ਉਹਨਾਂ ਦੇ ਕੋਲ ਲੋਡ ਜ਼ਿਆਦਾ ਹੁੰਦਾ ਤਾਂ ਹਮੇਸ਼ਾ ਅੱਛੇ ਬੱਚੇ ਦਾ ਵੀਜ਼ਾ ਜ਼ਿਆਦਾ ਮਿਲੇਗਾ। ਇਹ ਨਹੀਂ ਹੈ ਕਿ ਸਾਲ ਪਹਿਲੇ ਈਵਨ ਨਾਨ SDS 'ਚ 5.5 'ਤੇ ਅਸੀਂ 2-2 'ਚ ਵੀਜ਼ੇ ਲਏ ਆ, ਬਹੁਤ ਲਏ ਆ, ਲੇਕਿਨ ਉਹਨਾਂ ਦਾ ਵੀ ਇੱਕ ਪ੍ਰੋਫਾਈਲ ਹੁੰਦਾ। ਇਹ ਨਹੀਂ ਕਿ ਤੁਹਾਡਾ ਲੈਂਗੁਏਜ ਵੀ ਮਾੜੀ ਹੋਏ, ਤੁਹਾਡਾ ਜਿਹੜਾ ਓਵਰਆਲ ਜਿਹੜੀ ਪਰਸੈਂਟੇਜ ਉਹ ਵੀ ਠੀਕ ਨਾ ਹੋਏ, ਸਬਜੈਕਟਸ ਵੀ ਮਾੜੇ ਹੋਣ, ਵੀਜ਼ਾ ਆਫਿਸਰ ਬਹੁਤ ਕੁਛ ਦੇਖਦਾ, ਫਿਰ ਵੀਜ਼ਾ ਦਿੰਦਾ। ਅਤੇ ਜਿਹੜਾ 10 ਅਗਸਤ ਤੋਂ ਹੀ ਜ਼ਿਆਦਾ ਕਲੀਅਰ ਹੋਏਗਾ ਕਿ 6 ਬੈਂਡ ਨੋਟ ਲੈਸ ਦੈਨ 5.5 SDS 'ਚ ਆ ਰਿਹਾ ਕਿ ਨਹੀਂ ਆ ਰਿਹਾ। ਬਿਲਕੁਲ ਠੀਕ ਹੈ ਜੀ। ਮੈਮ ਜਦੋਂ ਫਾਈਲਾਂ ਜ਼ਿਆਦਾ ਲੱਗਣਗੀਆਂ ਅਤੇ ਰਿਫਿਊਜ਼ਲ ਜ਼ਿਆਦਾ ਹੋਣਗੇ, ਫਿਰ ਤੁਸੀਂ 10 ਅਗਸਤ ਤੋਂ ਬਾਅਦ ਕਿਹੜੀਆਂ ਫਾਈਲਾਂ ਨੂੰ ਜ਼ਿਆਦਾ ਵੀਜ਼ੇ ਮਿਲਣ ਦੀ ਉਮੀਦ ਰੱਖੋਗੇ ਜਦੋਂ ਬਹੁਤ ਨੰਬਰ ਆਫ ਫਾਈਲਸ ਲੱਗ ਜਾਣਗੀਆਂ? ਕਿਹੜੀਆਂ ਪ੍ਰੋਫਾਈਲਸ ਜ਼ਿਆਦਾ ਵੀਜ਼ਾ ਲੈਣਗੀਆਂ, ਕਿਉਂਕਿ ਰਿਫਿਊਜ਼ਲ ਵਾਲਾ ਤਾਂ ਖਿਲਾਰਾ ਪਏਗਾ, ਰਿਫਿਊਜ਼ਲਾਂ ਤਾਂ ਫਿਰ ਬਹੁਤ ਆਉਣਗੀਆਂ। ਕਿਹਨਾਂ ਨੂੰ ਰਿਫਿਊਜ਼ਲ ਤੋਂ ਬਚਣ ਲਈ ਕਿਹੜੇ ਸਕੋਰ, ਕਿਹੜੇ ਪ੍ਰੋਫਾਈਲ ਵੀਜ਼ਾ ਜ਼ਿਆਦਾ ਹਾਸਲ ਕਰਨਗੇ 10 ਅਗਸਤ ਤੋਂ ਬਾਅਦ? ਦੇਖੋ, ਰਿਫਿਊਜ਼ਲ ਇਸ ਟਾਈਮ ਜਿਹੜਾ ਬੱਚਾ ਆਸਟ੍ਰੇਲੀਆ ਦੀ ਤਰਫ ਜ਼ਿਆਦਾ ਰੁਝਾਨ ਹੈ, ਕੈਨੇਡਾ ਦੀ ਤਰਫ ਘੱਟ ਹੈ। ਉਸ ਕਾਰਨ ਕੀ ਹੋਇਆ, ਕੈਨੇਡਾ ਜਿਨ੍ਹਾਂ ਨੇ ਵੀਜ਼ੇ ਲਗਾਏ ਉਹ ਜਿੰਨਾ ਮਰਜ਼ੀ ਗੈਪ ਹੈ ਜਾਂ ਜੋ ਵੀ ਮਤਲਬ ਪ੍ਰੋਫਾਈਲ ਵੀਕ ਹੈ, ਅਸੀਂ ਇਹ ਦੇਖਿਆ ਕਿ ਵੀਜ਼ਾ ਉਹਨਾਂ ਨੇ ਮੈਕਸੀਮਮ ਦਿੱਤਾ ਜੀ, ਅਸੀਂ ਰਿਫਿਊਜ਼ਲ ਨਹੀਂ ਦੇਖੀ ਇਸ ਇੰਟੇਜ 'ਚ ਬੱਚੇ ਦੀ ਜੀ, ਠੀਕ ਹੈ। ਅਤੇ ਇਹਦਾ ਮਤਲਬ ਫਾਈਲਾਂ ਦਾ ਜਦ ਪ੍ਰੈਸ਼ਰ ਪਏਗਾ ਤਾਂ ਆਟੋਮੈਟਿਕ ਰਿਫਿਊਜ਼ਲ ਹੋਏਗਾ। ਉਹਨਾਂ ਦੇ ਕੋਲ ਸਮਝੋ ਕੋਟਾ 40,000 ਦਾ, ਫਾਈਲਾਂ 2,00,000 ਲੱਗ ਗਈਆਂ ਜੀ, ਅਤੇ 40,000 ਨੂੰ ਵੀਜ਼ਾ ਦੇਣਗੇ ਨਾ, 61 'ਤੇ ਜਾਏਗਾ ਹੀ ਜਾਏਗਾ ਜੀ, ਅਤੇ ਉਹ ਫਿਰ 40 ਕਿਹੜਾ ਹੋਏਗਾ, ਜਿਹੜਾ ਬੈਸਟ ਉਹਦੇ ਵਿੱਚ ਜਿਨ੍ਹਾਂ ਦਾ ਸਕੋਰ ਹੋਏਗਾ, ਬੈਸਟ ਪਰਸੈਂਟੇਜ ਹੋਏਗੀ, ਸਾਰਾ ਕੁਛ ਅੱਛਾ ਹੋਏਗਾ।
तो रिफ्यूजल तो बचन वास्ते स्टूडेंट जेड़ा देखो ट्राई हर्ड स्टूडेंट करता है जी। मैं उन्होंने फिर यही सलाह दूंगी कि तुसी कुछ इदा का कर लो कि खाली एम्बेसी फीस दे के फाइल लगावा लो, जब ट्राई करनी है वो विच भी वीज़ा बहुत आ जाता है, एटलीस्ट तुहाडे पल्लियों कुछ जाते नहीं रहा ना, जी आई सी करो, एम्बेसी फीस दो और फाइल लगवा लो जी। अच्छा ये भी कोशिश कर सकते हैं, नैचुरल है जिदा न्यूजीलैंड चाहिए फीस आफ्टर वीज़ा बच्चे का कोई नुकसान नहीं, इतने असं स्टूडेंट को बड़ा प्रोटेक्ट करके चलते हैं कि वह नुकसान ना हो, क्योंकि जो वह नुकसान है तो जिते 50-60-80 हज़ार के नीचे आता है, लाख 2 लाख के नीचे आता है तो पेरेंट्स और बच्चे सारे तो एक प्रैशर पैंदा ये असी मन के चलीए कि 6C च हजे भी कनेडा दे विच जेड़ा मेरा ज़्यादा सोचना है जी, मैं जेड़ा पुराना जेड़ा मेरा तजुर्बा है वो यही कहता है कि 6 बैंड ईच नू ही वो मतलब वीज़ा की ज़्यादा अहमियत देंगे, एक 5.5 तो वीज़ा चांसिस होंगे, जो प्रोफाइल बहुत अच्छा है तुहाडा, अकैडमिक रिकॉर्ड अच्छा है, तुहाडी परसेंटेज अच्छी है, तुहाडा सब्जेक्ट्स अच्छे है, जेड़ा उधर कोर्स लिया है उसकी वैल्यू कितनी है उसके ऊपर भी डिपेंड जी। चलो बहुत बहुत धन्यवाद, बहुत ही इंपॉर्टेंट इनफॉर्मेशन साडे नाल मैडम वीना गोयल ने शेयर की है, तुसीं भी बिल्कुल स्क्रीन ते नंबर है मैडम नाल परसनली गल कर सकते हो, टाइम लैके मिल सकते हो, कोई कन्फ्यूजन है उन्हें दूर कर सकते हो, और तुसीं अपने नवें नवें तरह के डिफरेंट कोर्सेस ने जिहड़े उन्हां बारे भी जानकारी मैडम वीना गोयल तो लै सकते हो और फाइल लॉन्च करा सकते हो। थैंक यू सो मच मैम। थैंक यू।